ਹਾਂਜੀ ਅਸੀਂ ਤਾਂ ਇੱਡੇ ਤੰਗ ਆ ਫਸਾਉਣ ਦੀ ਕਿਸੇ ਵੱਲੋਂ ਸਾਰ ਨਹੀਂ ਲਈ ਗਈ ਤੁਹਾਡੇ ਨਾਲ ਨਾ ਸਾਨੂੰ ਕਿਸੇ ਨੇ ਸਾਡੀ ਪਹੁੰਚਾਣ ਨਹੀਂ ਕੀਤੀ ਕਿੰਨੇ ਦਿਨ ਹੋ ਗਏ ਤੁਹਾਡੇ ਘਰਾਂ ਦੇ ਵਿੱਚ ਜਿਹੜਾ ਪਾਣੀ ਵੜਿਆ 8 ਤਰੀਕ ਦਾ ਜੀ ਕਿਉਂਕਿ ਜਿਹੜੀ ਇੱਕ ਮੇਨ ਕੁਦਰਤੀ ਆਫਤ ਕਿਹਾ ਜਾਂਦਾ ਜਦੋਂ ਕੁਦਰਤੀ ਆਫਤ ਆਉਂਦੀ ਆ ਉਹਦੇ ਨਾਲ ਪਾਣੀ ਜਿਹੜਾ ਵਾ ਜ਼ਿਆਦਾ ਹੋ ਜਾਂਦਾ ਪਰ ਇੱਥੇ ਜੇ ਦੇਖਿਆ ਜਾਵੇ ਕੋਈ ਤੁਹਾਡੇ ਕੋਲ ਪਿੰਡ ਵੱਲੋਂ ਚਾਹੇ ਪ੍ਰਸ਼ਾਸਨ ਵੱਲੋਂ ਕੋਈ ਪਹੁੰਚਿਆ ਹੋਵੇ ਤੁਹਾਡੀ ਮਦਦ ਵਾਸਤੇ ਨਾ ਕੋਈ ਨਹੀਂ ਪਹੁੰਚਿਆ ਹੁਣ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲ ਅਸੀਂ ਤਾਂ ਮੰਗ ਕਰਦੇ ਆ ਵੀ ਸਾਡੀ ਸਰਕ ਉੱਚੀ ਹੋਣੀ ਚਾਹੀਦੀ ਅਸੀਂ ਬਹੁਤ ਤੰਗ ਆ ਪਾਣੀ ਹੁਣ ਵੀ ਪਾਣੀ ਆਉਂਦਾ ਤੇ ਬੱਚੇ ਲੈ ਕੇ ਹੱਟੀ ਪੱਟੀ ਸੌਦਾ ਵੀ ਲੈਣ ਜਾਣਾ ਪੈਂਦਾ ਵੀ ਬੱਚਿਆਂ ਦੇ ਪੈਰ ਵੀ ਖਰਾਬ ਹੋ ਗਿਆ ਗੰਦੇ ਪਾਣੀ ਚ ਨਾ ਨਾ ਕੇ ਪਰ ਸਾਡੇ ਗੰਦਾ ਨਾਲਾ ਪਿਆ ਵੀ ਸਾਰਾ ਪਾਣੀ ਇੱਧਰ ਨੂੰ ਆਉਂਦਾ ਜਦੋਂ ਬਾਅਦ ਇੱਕ ਵੋਟਾਂ ਟਾਈਮ ਨਾਰਾ ਦਿੱਤਾ ਗਿਆ ਸੀ ਨੇਤਾ ਨਹੀਂ ਮੈਂ ਬੇਟਾ ਬੇਟਾ ਬਣ ਕੇ ਹਲਕੇ ਦੇ ਵਿੱਚ ਵਿਚਰੂੰਗਾ ਕਿਸ ਤਰ੍ਹਾਂ ਕੋਈ ਉਹਨਾਂ ਦੇ ਐਮਐਲਏ ਵੱਲੋਂ ਕੋਈ ਪਹੁੰਚਿਆ ਹੋਵੇ ਕੋਈ ਉਹਨਾਂ ਦਾ ਆਗੂ ਪਹੁੰਚਿਆ ਹੋਵੇ ਤੁਹਾਡੇ ਕੋਲ ਨਾ ਭਾਜੀ ਕੋਈ ਨਹੀਂ ਪਹੁੰਚਿਆ ਸਾਡੇ ਅਜੇ ਤੱਕ ਕੀ ਨਾਮ ਵੀਰ ਜੀ ਤੁਹਾਡਾ ਕਾਲੀ ਸਿੰਘ ਪਿੰਡ ਪਿੰਡ ਚੋਲਾ ਸਾਹਿਬ ਤੇ ਕਿਹੜੇ ਏਰੀਏ ਦੇ ਵਿੱਚ ਤੁਹਾਡਾ ਘਰ ਪੈਂਦਾ ਜੀ ਘਰ ਆਪਣਾ ਵੇ ਟੈਂਕੀ ਵਾਲੀ ਸਾਈਡ ਪਾਣੀ ਆ ਗਿਆ ਪਰਸੋਂ ਦਾ ਪਾਣੀ ਆਇਆ ਤੇ ਪਾਣੀ ਬਹੁਤ ਚੜ ਚੁੱਕਿਆ ਵਾ ਕਿੰਨੇ ਕਿੰਨੇ ਫੁੱਟ ਤੁਹਾਡੇ ਘਰ ਦੇ ਵਿੱਚ ਇੰਨਾ ਨਾ ਆ ਗਿਆ ਪਾਣੀ ਜੀ ਬਹੁਤ ਬਾਕੀ ਘਰ ਦੇ ਕਿੱਥੇ ਆ ਘਰ ਦੇ ਬਹੁਤ ਘਰ ਦੇ ਇਧਰੋਂ ਘਰ ਦੇ ਚਲ ਗਏ ਸਾਰੇ ਜਣੇ ਤੇ ਮੈਂ ਵੀ ਚਲ ਗਿਆ ਹਾਂ ਕਿੱਥੇ ਤੂੰ ਆਪਣੇ ਰਿਸ਼ਤੇਦਾਰਾਂ ਦੇ ਤੁਸੀਂ ਹਾਂਜੀ ਰਿਸ਼ਤੇਦਾਰਾਂ ਤੇ ਰਹਿਣਾ ਬਾਕੀ ਯਾਰ ਗਵਾਰ ਕਿਸ ਤਰ੍ਹਾਂ ਆਂਡ ਗਵਾਂਡ ਵੀ ਹੁਣ ਉਹ ਵੀ ਚਲ ਗਏ ਆਂਡ ਗਵਾਂਡ ਵਾਲੇ ਪਾਣੀ ਜ਼ਿਆਦਾ ਆ ਗਿਆ ਹਾਂਜੀ ਮੁੱਗਰ ਉਹ ਗਲੀ ਨੀਵੀਂ ਆ ਤੇ ਮਿੱਟੀ ਨਹੀਂ ਪਾਉਂਦੇ ਮੈਂ ਕਈ ਰੰਗ ਉਹਨਾਂ ਨੂੰ ਕਿਹਾ ਝਾੜੂ ਵਾਲਿਆਂ ਨੂੰ ਕਿਹਾ ਸੀ ਭਾਜੀ ਉਹਨਾਂ ਨੂੰ ਕਿਹੜੇ ਝਾੜੂ ਕੌਣ ਸੀ ਭਾਜੀ ਨਾ ਕੇਬਲ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਸੀ ਨਹੀਂ ਮੰਨ ਲੋਣੀ ਇੱਥੇ ਪਹੁੰਚੇ ਨਹੀਂ ਤੁਹਾਡਾ ਪਤਾ ਲੈਣ ਨਾ ਜੀ ਕੋਈ ਨਹੀਂ ਆਇਆ ਕੋਈ ਹੋਰ ਪ੍ਰਸ਼ਾਸਨ ਨੇ ਫਿਰ ਅਧਿਕਾਰੀ ਕੋਈ ਨਾ ਕੋਈ ਨਹੀਂ ਆਇਆ ਜੀ ਪਰਸੋਂ ਦਾ ਆਪਾਂ ਫਸਿਆ ਮੈਂ ਤਾਂ ਹੁਣ ਨਿਕਲ ਕੇ ਆਇਆ ਨਾ ਕੋਈ ਚਾਹ ਨਾ ਰੋਟੀ ਨਾ ਪਾਣੀ ਉੱਥੇ ਹਾਂਜੀ प्रशासन कोई नहीं आया जी पानी मीह का ही है जी सड़क के बहुत बुरे हाल है जी घर पानी सारे बिस्तरे चुक चुक लोग आंढी गुआढ़ी रखे है जी सड़क उची हो किसी ना कि तरह को मसला लवे जी ये हर साल बाद नौ महीने जी आ गया दहां जी फिर जाना कि तरह ही फिर की गुजारा की करांगे फिर अगे बिस्तरे चुक जा के वेख लो बच्चे निके निके लोग चुक के दवाई दवा आन डे पानी दे वेची बाबे मुलायम शाह बैठे बंदे कोहा वीर गवांडियां ले नाल रखे है समान चुक चुक के हाँ जी छोटे छोटे बच्चे पानी दे घूम रहे बीमार ना होने ही है जी किस तरह करिए फिर होने ही डे वेख ही लो जी फिर भी हालात एह है जी मांग यही करते हैं भी ये पानी का कोई निकास किया जाए जी।